ਨਾਮਿੰਦਰ ਪਾਲ ਤੇ ਮੈਂ ਫੀਸ ਘੱਮ ਕਦਰ ਆ ਪਲਾਸਟਰਸ ਮੜੇ ਇਦਾਰੇ ਆ ਔਰ ਜਦੋਂ ਇਹਨਾਂ ਐਮ ਐਸ ਕੀਤੀ ਆ ਤੇ ਮੇਰੇ ਕੋਲ ਤਾਂ ਪੈਸੇ ਨਹੀਂ ਸੀ ਕਿਉਂਕਿ ਇਹਨੇ ਫੀਸਾਂ ਰਿਵੀਜ਼ਨ ਫੀਸ ਪੰਤੀ ਆ ਭਈ ਮੇਰਾ ਤੇ ਦਸ ਸਾਲ ਬੋਸਟਲ ਦਾ ਔਰ ਮੇਰੇ ਕੋਲ ਪੈਸੇ ਮੈਂ ਡਾਕਟਰ ਪੰਨੋਣਾ ਮਿਸਨ ਨਾਲ ਗੱਲ ਕੀਤੀ ਵੀ ਡਾਕਟਰ ਸਾਹਿਬ ਆਪਾਂ ਬੱਚੇ ਨੂੰ ਪੜਾਉਣਾ ਮੈਂ ਸ਼ਰੀਰਿਵਾਰੀ ਖੂਨ ਦਾ ਦਿੱਤਾ ਉਹਦੇ ਕਰਕੇ ਮੇਰਾ ਡਾਕਟਰ ਸਾਹਿਬ ਨਾਲ ਮੇਰਾ ਲਿੰਕ ਹੈਗਾ ਹੀ ਛੂਟੋ ਪ੍ਰਦਾਨ ਹੈ ਮਜੀ ਉਹਨਾਂ ਨੇ ਮੈਨੂੰ ਕਹ ਰਿਹਾ ਕੀ ਕਰਨਾ ਮੈਂ ਮੇਰੇ ਬੱਚੇ ਨੂੰ ਪੜਾਉਣਾ ਚਾਹਤੇ ਮੈਨੂੰ ਬੈਂਕ ਚੋਂ ਲੋਨ ਲਾ ਦੋ ਤੇ ਚਾਹੇ ਮੈਨੂੰ ਪੈਸੇ ਦਿਓ ਫਿਰ ਡਾਕਟਰ ਸਾਹਿਬ ਨੇ ਕਿਹਾ ਕੋਈ ਗੱਲ ਚਿੰਤਾ ਨਾ ਕਰ ਪੜਾਵਾਂਗੇ ਫਿਰ ਫਰਾਸ ਕੰਨਾ ਨੇ ਬੁਲਾਇਆ ਮੈਂ ਤੇ ਬਿਠਾ ਮੇਰਾ ਗੇਫਰਾਸ ਕੰਨਾ ਕੋ ਉਹਨਾਂ ਇਹਦਾ ਪੁੱਛਿਆ ਕੀ ਕੀਤਾ ਤੂੰ ਉਹ ਕਹਿੰਦਾ ਮੈਂ ਸਿਰ ਨਾ ਲਟਕਾਉਂਦਾ ਤੇ ਟੈਸਟ ਲਿਖ ਦਿੱਤਾ ਤੇ ਯਾਰ ਮੈਂ ਨੰਬਰ ਤੇ ਟੈਸਟ ਦੀ ਕਹਿੰਦਾ ਅਸੀਂ ਕੋਟੇ ਚ ਯਾਰ ਮੈਂ ਚ ਕਰ ਗਿਆ ਮੈਂ ਅੰਦਰ ਕੋਈ ਕਰੇਗਾ ਬੱਚਾ ਹਾਂਜੀ ਤੇ ਫਿਰ ਉਹਨਾਂ ਨੇ ਵੀ ਮਦਦ ਕੀਤੀ ਪੈਸੇ ਦੀ ਚਿੰਤਾ ਨਹੀਂ ਕਰਨੀ ਪਾਏ ਐਂ ਦੇਵਾਂਗੇ ਪੜਾ ਦੋ ਉਹਨੂੰ ਅਦਰ ਮੈਂ ਵੀ ਪੜਾ ਤੋ ਉਹਨਾਂ ਨੇ ਬਹੁਤ ਸਾਥ ਦਿੱਤਾ ਡਾਕਟਰ ਸਾਹਿਬ ਨੇ ਫਰਵਸਖਨਾਨ ਨੇ ਔਰ ਕੋਂਡਲ ਸਾਹਿਬ ਤੇ ਇੱਕ ਫਰ ਮੋਲਟੂ ਪ੍ਰਧਾਨੀ ਬਰੋਨ ਬਾਲ ਨੇ ਔਰ ਤਰੋਤ ਸੰਵਕੀਲ ਜਿਹੜੇ ਹਸਤਾਤੀ ਤੇ ਨਹੀਂ ਰਹੇ ਉਹਨਾਂ ਵੀ ਮੇਰੀ ਮਦਦ ਕੀਤੀ ਔਰ ਜਿਸ ਬੰਦੇ ਕੋ ਗਿਆ ਬਾਲਕ ਸਿੰਘ ਮਤਲ ਨੇ ਜਿਹਦੇ ਕੋ ਮ ਗਿਆ ਮੈਨੂੰ ਕਿਸੇ ਨਾਲ ਕੀਤੀ ਮੈਂਦਰ ਜਿੱਤ ਨੂੰ ਅਧੀਰਤੀ ਲੋੜ ਪੰਦੀ ਦੀ ਹੁੰਦਾ ਹੁੰਦੀ ਤਦੋਂ ਵਜਾ ਮਾਰਦੇ ਦੌੜਾਂਦਾ ਰਿਆ ਐਦਾ ਐ ਵੀ ਤਰ੍ਹਾਂ ਕਮ ਕਦਮ ਉਡਾਂਗੇ ਜਦੋਂ ਅਸੀਂ ਪੜ੍ਹ ਮੈਂ ਇਹ ਚਾਹਣਾ ਚਾਹੁੰਦਾ ਕਿ ਜਿਹੜੇ ਖਾਸ ਕਰਕੇ ਮਾਸ਼ਾ ਬਰਾਦ ਦੀ ਜਿੰਨੇ ਵੀ ਸਾਡੇ ਕੋਈ ਗਰੀਬ ਪਰਿਵਾਰ ਦੇ ਸੁਣ ਰਿਹਾ ਚਾ ਸਾਡੀ ਬਰਾਰੀ ਦੀ ਕੋਈ ਸੁਣ ਰਿਹਾ ਉਹ ਬੱਚਿਆਂ ਨੂੰ ਪੜ੍ਹਾਓ ਅਜਿਹਾ ਪੜ੍ਹਾ ਕੇ ਬਣ ਸਕਦੇ ਕੁਝ ਨਾ ਕੁਝ ਤਰੱਕੀ ਹੋ ਸਕਦੀ ਆਪਣੀ ਬਰਾਰੀ ਚ ਵੀ ਅਗਰ ਇਹ ਪੜ੍ਹੇ ਨਹੀਂ ਪੜਾਉਗਾ ਨਹੀਂ ਮਾਪੇ ਉਹਦਾ ਫਰਜ਼ ਬੰਦਾ ਬੱਚੇ ਨੂੰ ਪੜਾਉਣਾ ਪੜਾ ਕੇ ਤੇ ਫੇਰ ਅਗਲੀ ਜਿਹੜੀ ਪੀੜ੍ਹੀ ਆ ਤਾਂ ਡਿਸਟੈਂਸ ਹੋਣੀ ਆ ਆੜੀ ਬਰਾਜੇ ਤਾਂ ਨਾ ਰੋਚਨਾ ਜੇ ਬੱਚੇ ਪੜਾਵਾਂਗੇ ਤੇ ਇਹ ਵੀ ਨਹੀਂ ਇਦਾਂ ਜਿੱਦਾਂ ਇਹ ਬੱਚੇ ਨੂੰ ਪੜਾਇਆ ਤੁਸੀਂ ਵੀ ਸਿੱਖੋ ਕੁਝ ਤਾਂ ਪੜਾਓ ਭਾਵੇਂ ਮਿਹਦੂਰੀਆ 400 ਰੁਪਏ ਦੇ ਲੈਂਦੇ ਭਾ 10 ਰੁਪਏ ਰੱਖ ਕੇ 100 ਰੁਪਏ ਰੱਖ ਕੇ ਮਤਲਬ ਬੱਚਿਆਂ ਦੀ ਪੜਾਈ ਜ਼ਰੂਰ ਕਰੋ ਧੰਨਵਾਦ ਮੇਰਾ ਨਾਮ ਡਾਕਟਰ ਪਵਨ ਕੁਮਾਰ ਹੈ ਮੈਂ ਆਪਣੀ ਪੜਾਈ ਸ਼ੁਰੂ ਕੀਤੀ ਹੈ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਹੱਲਾ ਤੋਂ ਇਸ ਤੋਂ ਬਾਅਦ ਮੈਂ अठवीं तक पढ़ाई की मिडिल स्कूल हल्ला तो उस तुँ बाद मैं अपना टेंथ प्लस टू की मैं गोरमेंट को स्कूल बॉयस गुरदासपुर तो उस बाद बी एस सी नॉन मैडिकल की गोरमेंट कॉलेज गुरदासपुर तो फिर एम एस सी इन नैनो साइंस एंड नैनो टेक्नोलॉजी की है मैं गुरु नाग देव यूनवर्सिटी तो फिर मैं पी एच डी की नैशनल फिजिकल लैबोरटरी दिल्ली तो उस तो बाद मैं रिसर्च करने साउथ कोरिया गया यूनिवर्सिटी साउथ कोरिया एंड देन एक साल ही मैं रिसर्च करने गया ज यूनिवर्सिटी ऑफ ओकलामा यूएस फिर मैं दो साल कैनडा कम किया इंस्टीट्यूट ऑफ साइंटिफिक रिसर्च कैनेडा काम किया क्यूबिक स्टेट उस यूनिवर्सिटी ऑफ विंसर काम किया एक साल हूँ मैं जॉइन किया है नैशनल इंडर नैशनल इंस्टीट्यूट आयरलैंड साउथ कोरिया मेरा रिसर्च यही है कि मटीरियल है सीजियम लैंड बरमाइट करके लैट करके टॉक्सिक होंगे ਤਾਂ ਉਹ ਕਿਦਾਂ ਟਾਕਸਿਟੀ ਨੂੰ ਘੱਟ ਕੀਤਾ ਜਾ ਸਕਦਾ ਹੈ ਇਹ ਮੇਰਾ ਰਿਸਰਚ ਇਸ ਸਾਊਥ ਕੋਰੀਆ ਚ ਫਿਰ ਯੂਐਚ ਇਹ ਹੀ ਮਟੀਰੀਅਲ ਨੂੰ ਕਿਦਾਂ ਇਕੋ ਫ੍ਰੈਂਡਲੀ ਮਟੀਰੀਅਲ ਨਾਲ ਰਿਪਲੇਸ ਕੀਤਾ ਜਾ ਸਕਦਾ ਹੈ ਰਿਸਰਚ ਮੇਰੀ ਯੂਐਚ ਹੀ ਤੇ ਫਿਰ ਇਸੇ ਹੀ ਕਰਕੇ ਇਕੋ ਫ੍ਰੈਂਡਲੀ ਜੈ ਇਕੋ ਫ੍ਰੈਂਡਲੀ ਮਟੀਰੀਅਲ ਇਹਨਾਂ ਨੂੰ ਆਪਣੀ ਐਨਰਜੀ ਐਪਲੀਕੇਸ਼ਨਸ ਵਿੱਚ ਯੂਜ਼ ਕਰ ਸਕਦੇ ਆ ਬੇਸਿਕਲੀ ਸੋਲਰ ਸੈਲ ਜਾਂ ਹਾਈਡਰੋਜਨ ਪ੍ਰੋਡਕਸ਼ਨ ਚ ਇਹ ਮੇਰਾ ਕੰਮ ਕੈਨੇਡਾ ਚ ਰਿਹਾ ਤੇ ਹੁਣ ਮੈਂ ਫਿਰ ਇਨਵਿਜ਼ੂਲਿੰਗ ਦਾ ਕੰਮ ਕਰਦਾ ਪਿਆ ਆਇਰਲੈਂਡ ਚ ਆਇਰਲੈਂਡ ਵਿੱਚ ਪੈਨਲ ਵਿੱਚ ਕੋਲ ਕੋਨਾ ਹੈਗਾ ਤੇ ਕਦੋਂ ਧੜੀਲੀ ਚਾਹ ਹੈ ਆਇਰਲੈਂਡ ਜੀਰੋ ਕਾ ਕਾਫੀ ਕੰਟਰੀ ਹੈ ਇਟਲੀ ਹੈ ਜਰਮਨੀ ਹੈ ਅੰਗਰੀ ਹੈ ਤੇ ਇਹ ਆਇਰਲੈਂਡ ਹੈ ਇੱਥੇ ਡਿਫਰੈਂਟ ਆਲਮੋਸਟ 40 ਪਲੱਸ ਪੀਪਲ ਕੰਮ ਕਰਦੇ ਆ ਜਿਨਾ ਚਾਹਤ 7-8 ਲੋਕ ਆਇਰਲੈਂਡ ਦੇ ਮੇਰਾ ਕੰਮ ਹੈ ਮਟੀਰੀਅਲ ਬਣਾਉਣਾ ਇਨਕ ਜਿਹੜੀ ਇਨਵੀਜ਼ਿਬਲ ਹੋਏ ਐਂਡ ਵਿਜ਼ਿਬਲ ਹੋਏ ਵਿਜ਼ਿਬਲ ਇਨਵੀਜ਼ਿਬਲ ਹੋਏ ਨੋਰਮਲ ਲਾਈਟ 'ਚ ਪਰ ਵਿਜ਼ਿਬਲ ਹੋਏ ਪਾਰਟिकुलर ਯੂਵੀ ਲਾਈਟ 'ਚ ਪਰਫੈਕਟ ਉਹ ਕੀ ਕੰਮ ਕਰਦੇ ਮੇਰੇ ਪਿਤਾ ਜੀ ਫੈਰੀਦਾ ਕੰਮ ਕਰਦੇ ਸੀ ਜਦੋਂ ਮੈਂ ਪੜਦਾ ਹੀ ਉਹਨੇ ਮੇਰੇ ਲਈ ਬਹੁਤ ਮਿਹਨਤ ਕੀਤੀ ਮੈਨੂੰ ਪੜਾਇਆ ਲਿਖਾਇਆ ਤੇ ਜਦੋਂ ਮੈਂ ਐਮਐਸਸੀ ਐਡਮਿਸ਼ਨ ਲਈਏ ਉਦੋਂ ਉਹਨਾਂ ਕੋ ਪੈਸੇ ਕਾਟੀ ਫੇ ਡਾਕਟਰ ਪੰਨੂ ਆ ਗਿਆ ਰੈੱਡ ਕਰਾਸ ਵਾਲੇ ਆ ਗਿਆ ਡਾਲਾ ਸਾਹਿਬ ਆ ਗਿਆ ਜਾਂ ਰਵਨਬੈਲ ਸਾਹਿਬ ਆ ਗਿਆ ਉਤੋਂ ਪ੍ਰੋਫੈਸਰ ਖੰਨਾ ਜੀ ਆਰੰਭਤ ਉਹਨਾਂ ਸਾਰਿਆਂ ਨੇ ਪੈਸੇ ਥੋੜ੍ਹ-ਥੋੜ੍ਹੇ ਇਕੱਠੇ ਕਰਕੇ ਮੈਨੂੰ ਐਡਮਿਸ਼ਨ ਦਲਾਈ ਐਮਐਸਸੀ ਚ ਦਿਨਾ ਕਰਕੇ ਉਹਨਾਂ ਸਾਰਿਆਂ ਨੇ ਪੈਸੇ ਇਕੱਠੇ ਕੀਤੇ ਬੇਸਿਕਲੀ ਡਾਕਟਰ ਪੰਨੂ ਜਿਨ੍ਹਾਂ ਨੇ ਲੀਡ ਕੀਤਾ ਮੈਨੂੰ ਇਸ ਸਭ ਚੀਜ਼ਾਂ ਲਈ ਤੇ ਮੈਂ ਉਹ ਸਾਰਿਆਂ ਦਾ ਧੰਨਵਾਦ ਹੈ ਇਨਾਂ ਨੇ ਮੈਨੂੰ ਐਡਮਿਸ਼ਨ ਦਲਾਈ ਔਰ ਤਬਾਦ ਮੈਂ ਫਿਰ ਪੀਐਚਡੀ ਚ ਮੈਨੂੰ ਸਾਈਫਰ ਮਿਲਣ ਲੱਗ ਪਿਆ पीएचडी अपने खर्चे ले खुद की थी तो ये तो पर मैं साउथ को यूएसए कनाडा रिसर्च की थी नौजवानों की की कहना है नौजवान अपील करता है कि ते मेहनत करो मेहनत से विश्वास रखो मेहनत ਦਾ ਫਲ ਜਰੂਰ ਮਿਲਦਾ ਹੈ ਉਹ ਦੂਜਾ ਕਿ ਪੜਾਈ ਲਿਖਾਈ ਤੇ ਧਿਆਨ ਰੱਖੋ ਪੜਾਈ ਬਹੁਤ ਇੰਪੋਰਟੈਂਟ ਹੈ ਸਾਰੇ ਲਈ ਤੇ ਪੜਾਈ ਨੂੰ ਮਿਆਂਦ ਨਹੀਂ ਕਰਨਾ ਚਾਹੀਦਾ ਤੇ ਪੜੋ ਤੇ ਮਿਹਨਤ ਕਰੋ ਤੇ ਮਨ ਲਾ ਕੇ ਹਰ ਕੰਮ ਕਰੋ ਜੋ ਵੀ ਕਰਨਾ ਚਾਹੁੰਦੇ ਹੋ ਮੇਰਾ ਨਾਮ ਡਾਕਟਰ ਨਿਕਿਤਾ ਕੁਮਾਰ ਹੈ اور میں نے हिंदी साहित्य से पीएचडी की है मेरा शोध विषय इक्कीसवीं सदी के हिंदी उपन्यासों में सांस्कृतिक संक्रमण था आपका पवन पवन जी जी के साथ कैसे हुआ और जो की जिंदगी है उसके बारे में क्या जानते हैं? इनसे हमारी आ, अरेंज मैरिज हुई है और आ, शादी के बाद ही हमारी थोड़ी बहुत शादी से थोड़ा बहुत पहले बातचीत हुई शादी के बाद और बेसिकली शादी के बाद जानना शुरू किया है तो सिंपल हैं बहुत ज़्यादा डाउन टू अर्थ हैं और बहुत ज़्यादा हार्ड वर्किंग है एंड आई विश कि ये एक दिन नोबल प्राइज लेकर के आएँ हमारे कंट्री के लिए दैट्स इट आपको क्या हाँ जी वो तो मुझे पता है, कैसा लगता है इस मुकाम पे आज बहुत अच्छा लगता है मैं यही बोलना चाहूँगी कि पढ़ाई ज़रूर पूरी करें और आ, सिर्फ डिग्री के लिए पढ़ाई मत कीजिए नॉलेज लेने के लिए भी पढ़ाई कीजिए क्योंकि आ, जैसे आ, मेरा पर्सनल एक्सपीरियंस ये है कि मैंने पीएचडी की तो मुझे ये लगा कि मैं बहुत शॉर्ट टेंपर्ड हाइपर थी बट पेशेंस लाता है पढ़ाई और बहुत ज़्यादा चीज़ें आपको सीखने को मिलती हैं लाइफ में भी इट्स नॉट अबाउट कि आप सिर्फ लेसन्स पढ़ रहे हो आ, आपको लाइफ लेसन्स भी बहुत ज़्यादा सीखने को मिलते हैं तो पढ़ाई पूरी करिए प्रॉपरली और माइंड में कहीं ना कहीं बना के रखिए कि आपको आगे क्या करना है तो उसके लिए बेसिकली फोकस करके और कहीं ना कहीं एक मुकाम पर आना बहुत ज़रूरी है आज के टाइम पर तो बहुत ज़रूरी है